ਇੱਕ ਕਾਰ ਤੇ ਬਾਈਕ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਅਤੇ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਕਾਰ ਤੇ ਬਾਈਕ ਦੀ ਆਮੋ ਸਾਹਮਣੇ ਦੀ ਇਸ ਟੱਕਰ ਦੇ ਵਿੱਚ ਬਾਈਕ ਦੇ ਪਰਖੱਚੇ ਤੱਕ ਉੱਡ ਗਏ ਨੇ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਕਿ ਜੋ ਬਾਈਕ ਦੇ ਉੱਤੇ ਸਵਾਰ ਔਰਤ ਸੀ ਉਹ ਆਪਣੀ ਬੇਟੀ ਦਾ ਪਤਾ ਲੈਣ ਦੇ ਲਈ ਜਾ ਰਹੀ ਸੀ। ਦੱਸਿਆ ਜਾ ਰਿਹਾ ਕਿ ਉਸਦੀ ਬੇਟੀ ਗਰਭਵਤੀ ਸੀ ਅਤੇ ਉਸਦਾ ਹਾਲ ਚਾਲ ਜਾਣਨ ਦੇ ਲਈ ਇਹ ਔਰਤ ਆਪਣੇ ਘਰ ਤੋਂ ਇੱਕ ਵਿਅਕਤੀ ਦੇ ਨਾਲ ਰਵਾਨਾ ਹੋਈ ਸੀ, ਪਰ ਰਸਤੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਚਾਲਕ ਤੋਂ ਬ੍ਰੇਕ ਨਹੀਂ ਲੱਗੀ ਅਤੇ ਕਾਰ ਨੂੰ ਕਈ ਮੀਟਰ ਦੂਰ ਤੱਕ ਇਹ ਬਾਈਕ ਸਮੇਤ ਹੀ ਘੜੀਸਦਾ ਹੋਇਆ ਲੈ ਜਾਂਦਾ, ਜਿਸ ਦੇ ਵਿੱਚ ਇੱਕ ਵਿਅਕਤੀ ਅਤੇ ਇੱਕ ਔਰਤ ਦੀ ਦਰਦਨਾਕ ਮੌਤ ਹੋ ਜਾਂਦੀ ਹੈ। ਹਾਲਾਂਕਿ ਕਾਰ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਜੋ ਕਾਰ ਦਾ ਅਗਲਾ ਹਿੱਸਾ ਉਹ ਬਿਲਕੁਲ ਹੀ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਅਤੇ ਇਸ ਦੇ ਨਾਲ ਹੀ ਜੋ ਬਾਈਕ ਹੈ ਉਸਦੇ ਪਰਖੱਚੇ ਤੱਕ ਉੱਡ ਗਏ ਨੇ। ਤਾਂ ਰਾਮਪੁਰਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਬਾਈਕ ਅਤੇ ਕਾਰ ਦੀ ਆਮੋ ਸਾਹਮਣੇ ਦੀ ਟੱਕਰ ਹੋਈ ਹੈ ਜਿਸ ਦੇ ਵਿੱਚ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਇੱਕ ਕਾਰ ਤੇ ਬਾਈਕ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਅਤੇ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਕਾਰ ਤੇ ਬਾਈਕ ਦੀ ਆਮੋ ਸਾਹਮਣੇ ਦੀ ਇਸ ਟੱਕਰ ਦੇ ਵਿੱਚ ਬਾਈਕ ਦੇ ਪਰਖੱਚੇ ਤੱਕ ਉੱਡ ਗਏ ਨੇ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਕਿ ਜੋ ਬਾਈਕ ਦੇ ਉੱਤੇ ਸਵਾਰ ਔਰਤ ਸੀ ਉਹ ਆਪਣੀ ਬੇਟੀ ਦਾ ਪਤਾ ਲੈਣ ਦੇ ਲਈ ਜਾ ਰਹੀ ਸੀ। ਦੱਸਿਆ ਜਾ ਰਿਹਾ ਕਿ ਉਸਦੀ ਬੇਟੀ ਗਰਭਵਤੀ ਸੀ ਅਤੇ ਉਸਦਾ ਹਾਲ ਚਾਲ ਜਾਣਨ ਦੇ ਲਈ ਇਹ ਔਰਤ ਆਪਣੇ ਘਰ ਤੋਂ ਇੱਕ ਵਿਅਕਤੀ ਦੇ ਨਾਲ ਰਵਾਨਾ ਹੋਈ ਸੀ, ਪਰ ਰਸਤੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਚਾਲਕ ਤੋਂ ਬ੍ਰੇਕ ਨਹੀਂ ਲੱਗੀ ਅਤੇ ਕਾਰ ਨੂੰ ਕਈ ਮੀਟਰ ਦੂਰ ਤੱਕ ਇਹ ਬਾਈਕ ਸਮੇਤ ਹੀ ਘੜੀਸਦਾ ਹੋਇਆ ਲੈ ਜਾਂਦਾ, ਜਿਸ ਦੇ ਵਿੱਚ ਇੱਕ ਵਿਅਕਤੀ ਅਤੇ ਇੱਕ ਔਰਤ ਦੀ ਦਰਦਨਾਕ ਮੌਤ ਹੋ ਜਾਂਦੀ ਹੈ। ਹਾਲਾਂਕਿ ਕਾਰ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਜੋ ਕਾਰ ਦਾ ਅਗਲਾ ਹਿੱਸਾ ਉਹ ਬਿਲਕੁਲ ਹੀ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਅਤੇ ਇਸ ਦੇ ਨਾਲ ਹੀ ਜੋ ਬਾਈਕ ਹੈ ਉਸਦੇ ਪਰਖੱਚੇ ਤੱਕ ਉੱਡ ਗਏ ਨੇ। ਤਾਂ ਰਾਮਪੁਰਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਬਾਈਕ ਅਤੇ ਕਾਰ ਦੀ ਆਮੋ ਸਾਹਮਣੇ ਦੀ ਟੱਕਰ ਹੋਈ ਹੈ ਜਿਸ ਦੇ ਵਿੱਚ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਇੱਕ ਕਾਰ ਤੇ ਬਾਈਕ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਅਤੇ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਕਾਰ ਤੇ ਬਾਈਕ ਦੀ ਆਮੋ ਸਾਹਮਣੇ ਦੀ ਇਸ ਟੱਕਰ ਦੇ ਵਿੱਚ ਬਾਈਕ ਦੇ ਪਰਖੱਚੇ ਤੱਕ ਉੱਡ ਗਏ ਨੇ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਕਿ ਜੋ ਬਾਈਕ ਦੇ ਉੱਤੇ ਸਵਾਰ ਔਰਤ ਸੀ ਉਹ ਆਪਣੀ ਬੇਟੀ ਦਾ ਪਤਾ ਲੈਣ ਦੇ ਲਈ ਜਾ ਰਹੀ ਸੀ। ਦੱਸਿਆ ਜਾ ਰਿਹਾ ਕਿ ਉਸਦੀ ਬੇਟੀ ਗਰਭਵਤੀ ਸੀ ਅਤੇ ਉਸਦਾ ਹਾਲ ਚਾਲ ਜਾਣਨ ਦੇ ਲਈ ਇਹ ਔਰਤ ਆਪਣੇ ਘਰ ਤੋਂ ਇੱਕ ਵਿਅਕਤੀ ਦੇ ਨਾਲ ਰਵਾਨਾ ਹੋਈ ਸੀ, ਪਰ ਰਸਤੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਚਾਲਕ ਤੋਂ ਬ੍ਰੇਕ ਨਹੀਂ ਲੱਗੀ ਅਤੇ ਕਾਰ ਨੂੰ ਕਈ ਮੀਟਰ ਦੂਰ ਤੱਕ ਇਹ ਬਾਈਕ ਸਮੇਤ ਹੀ ਘੜੀਸਦਾ ਹੋਇਆ ਲੈ ਜਾਂਦਾ, ਜਿਸ ਦੇ ਵਿੱਚ ਇੱਕ ਵਿਅਕਤੀ ਅਤੇ ਇੱਕ ਔਰਤ ਦੀ ਦਰਦਨਾਕ ਮੌਤ ਹੋ ਜਾਂਦੀ ਹੈ। ਹਾਲਾਂਕਿ ਕਾਰ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਜੋ ਕਾਰ ਦਾ ਅਗਲਾ ਹਿੱਸਾ ਉਹ ਬਿਲਕੁਲ ਹੀ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਅਤੇ ਇਸ ਦੇ ਨਾਲ ਹੀ ਜੋ ਬਾਈਕ ਹੈ ਉਸਦੇ ਪਰਖੱਚੇ ਤੱਕ ਉੱਡ ਗਏ ਨੇ। ਤਾਂ ਰਾਮਪੁਰਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਬਾਈਕ ਅਤੇ ਕਾਰ ਦੀ ਆਮੋ ਸਾਹਮਣੇ ਦੀ ਟੱਕਰ ਹੋਈ ਹੈ ਜਿਸ ਦੇ ਵਿੱਚ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਮੇਰਾ ਨਾਮ ਰਾਜਾ ਰਾਮ ਹੈ ਜੀ। ਰਾਜਾ ਰਾਮ ਜੀ, ਕੀ ਘਟਨਾ ਹੋਈ ਹੈ? ਇਹ ਆ ਘਟਨਾ ਹੋਈ ਹੈ ਵੀ ਇਹ ਤਾਂ ਭਾਈ ਰੂਪੇ ਤੋਂ ਜਾ ਰਹੇ ਸੀਗੇ ਜੀ, ਆਪਣਾ ਭਤੀਜਾ ਹੀ ਆ ਮੁੰਡਾ ਤੇ ਇੱਕ ਜਾਣੀ ਕਿ ਭੈਣਾਂ ਦੇ ਥਾਂ ਲੱਗਦੀ ਹੈ ਕੁੜੀ। ਇਹ ਜਾ ਰਹੇ ਸੀ ਰਾਮਪੁਰੇ ਨੂੰ ਤੇ ਕਿਤੇ ਗੱਡੀ ਵਾਲਾ ਉਧਰੋਂ ਆ ਰਿਹਾ ਸੀਗਾ। ਇਹ ਹੁਣ ਪਰਮਾਤਮਾ ਨੂੰ ਪਤਾ ਵੀ ਕਿਵੇਂ ਬਚਿਆ ਕਿਵੇਂ ਨਹੀਂ ਬਚੇ ਜੀ। ਬਾਕੀ ਆ ਦੇਖਣ ਦੇ ਮੁਤਾਬਕ ਹੁਣ ਦਿਸੀ ਜਾਂਦਾ ਸਾਰਿਆਂ ਨੂੰ ਵੀ
ਠੀਕ ਹੈ ਨਾ, ਜਿਸ ਹਿਸਾਬ ਨਾਲ ਗੱਡੀ ਐਡੀ ਵਾਟੋਂ ਆ ਕੇ ਇੱਥੇ ਲਿਆ ਕੇ ਬੰਦੇ ਸਿੱਟ ਕੇ ਮਾਰੇ ਨੇ, ਉਸ ਹਿਸਾਬ ਨਾਲ ਤਾਂ ਗੱਡੀ ਵਾਲਾ ਵੀ ਕਸੂਰ ਹੋ ਸਕਦਾ। ਠੀਕ ਹੈ ਨਾ, ਅਤੇ ਬਾਕੀ ਇਹ ਰੱਬ ਨੂੰ ਪਤਾ ਹੈਗਾ, ਆਪਾਂ ਨੂੰ ਕੋਈ ਪਤਾ ਨਹੀਂ ਇਸ ਗੱਲ ਦਾ। ਆਪਾਂ ਅਸੀਂ ਤਾਂ ਜਿਵੇਂ ਸੁਣੀ ਸੁਣਾਈ ਜੇ ਕਰਕੇ ਅਸੀਂ ਹੁਣ ਆਏ ਹਾਂ, ਅਤੇ ਸਾਨੂੰ ਹੁਣ ਪਤਾ ਲੱਗਿਆ ਹੈਗਾ। ਕਿੱਥੇ ਜਾ ਰਹੇ ਸੀ? ਇਹ ਰਾਮਪੁਰੇ ਜਾ ਰਹੇ ਸੀਗੇ ਜੀ। ਕੁੜੀ ਕੋਲ ਬੱਚਾ ਹੋਣ ਵਾਲਾ ਸੀ? ਕੁੜੀ ਕੋਲ ਬੱਚਾ ਹੋਣ ਵਾਲਾ ਸੀਗਾ ਜੀ ਇਹਨਾਂ ਦੀ। ਜਿਹੜੀ ਗੁੱਡੀ ਦਾ ਹੁਣ ਐਕਸੀਡੈਂਟ ਹੋਇਆ ਇਹਨਾਂ ਨਾਲ? ਨਹੀਂ, ਜਿਹੜੀ ਗੁੱਡੀ ਦਾ ਐਕਸੀਡੈਂਟ ਹੋਇਆ ਬੱਚਾ ਹੋਣ ਵਾਲਾ? ਨਹੀਂ, ਉਹਦੀ ਗੁੱਡੀ ਦੇ ਕੋਲੇ ਜੀ, ਉਹਦੀ ਮਾਂ ਸੀ। ਮਾਂ ਸੀ ਕੁੜੀ ਦੀ? ਉਹਦੀ ਜਿਹੜੀ ਮੌਤ ਹੋਈ ਕਿਹਦੀ ਕਿਹਦੀ ਹੋਈ ਇਹਨਾਂ ਦੀ? ਹੋਊਗਾ ਤਾਂ ਸਰਕਾਰੀ ਚ ਹੋਊਗਾ ਜੀ। ਉਹ ਰਾਮਪੁਰੀ ਜਾ ਰਹੇ ਸੀਗੇ, ਸਰਕਾਰੀ ਚ ਜਾਂਦੇ, ਸਾਡੇ ਲੋਕ ਹੋਰ ਤੱਕ ਦੇ ਜਾਂਦੇ ਨੀ। ਦਿਹਾੜੀ ਮਿਹਨਤ ਵਾਲਾ ਹੀ ਆ, ਹੋਰ ਤਾਂ ਕੋਈ ਹੈ ਨੀ ਗਈ ਇਹਦਾ। ਠੀਕ ਆ, ਦਿਹਾੜੀ ਮਿਹਨਤ ਵਾਲਾ ਸੀਗਾ, ਬਾਕੀ ਹੁਣ 3 ਗੁੱਡੀਆਂ ਨੇ, ਉਹਨਾਂ ਨੂੰ ਦੇਖ ਲਓ ਵੀ ਜੇ ਕੋਈ ਸਹਾਇਤਾ ਮਿਲਦੀ ਹੈ ਤਾਂ ਤੁਸੀਂ ਦਵਾ ਸਕਦੇ ਹੋ, ਤੇ ਜੇ ਬਾਕੀ ਰੱਬ ਦੇ ਆਖਰੇ ਆਈ ਕੱਲ ਨੂੰ ਤਾਂ ਜਵਾਕਾਂ ਨੇ ਪੜ ਹੀ ਜਾਣਾ ਹੈਗਾ, ਖਤਮ ਹੋ ਗਿਆ ਵਿਚਾਰੇ। ਠੀਕ ਆ ਨਾ, ਕਿਉਂਕਿ ਉਹਨਾਂ ਦਾ ਘਰ ਉੱਜੜ ਗਿਆ, ਹੁਣ ਉਹਦਾ ਡਿਸੀਜਨ ਦਾ ਸਾਰਿਆਂ ਨੂੰ ਆਪਾਂ ਨੂੰ। ਬਾਕੀ ਜੋ ਪਰਮਾਤਮਾ ਦੇ ਲੇਖ ਲਿਖੇ ਸੀਗੇ ਉਹੀ ਹੋਣੀ ਆ, ਹੋਰ ਤਾਂ ਕੁਛ ਕੋਈ ਬੰਦੇ ਦੇ ਵੱਸ ਦੀ ਗੱਲ ਤਾਂ ਹੈ ਨੀ ਜੀ।